ਧਰਮ ਪੰਥ ਖਾਲਸਾ ਪ੍ਰਚਰ ਭਇਓ, ਸਤ ਸਿਵੰ ਪੁੰਨਯ ਰੂਪ ਜੇ। ਪੰਥ ਖਾਲਸਾ ਭਇਓ ਪੁਨੀਤਾ, ਪ੍ਰਭ ਆਗਿਆ ਕਰ ਉਦਤ ਭਏ। ਰਾਜਾਨ ਰਾਜ ਭਾਨਾਨ ਭਾਨ ਸਤਿਗੁਰੂ, ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ, ਗੁਰਾਂ ਦੇ ਗੁਰੂ, ਪੀਰਾਂ ਦੇ ਪੀਰ, ਸਰਕਾਰੇ ਕੁੱਲ ਆਲਮ, ਤਖ਼ਤ 'ਤੇ ਵਿਰਾਜਮਾਨ ਹਾਜ਼ਰਾ ਹਜ਼ੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ 'ਚ ਆਪ ਸਭ ਆਨੰਦ ਮਾਣ ਰਹੇ ਹੋ, ਮੇਰੀ ਬੇਨਤੀ ਹੈ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਕਲਗੀ ਧਰ ਪਾਤਸ਼ਾਹ ਦਾ ਬਖਸ਼ਿਆ ਫਤਿਹ ਦਾ ਨਾਰਾ ਬੁਲੰਦ ਕਰੀਏ। ਖਾਲਸਾ ਜੀ ਪੰਥਕ ਏਕਤਾ ਸਮਾਗਮ 'ਚ ਜੁੜੇ ਹਾਂ, ਉਹ ਨਾਰਾ ਬੁਲੰਦ ਕਰੀਏ ਜਿਸ ਨੇ ਪੰਥ ਨੂੰ ਇੱਕਦਮ ਪੰਥਕ ਕਰਨਾ, ਜਥੇਬੰਦ ਕਰਨਾ। ਕਿਉਂਕਿ ਕਵੀ ਨੌ ਨਿਹਾਲ ਸਿੰਘ ਨੇ ਬਹੁਤ ਸੋਹਣਾ ਫਰਮਾਨ ਕੀਤਾ, ਉਹਨਾਂ ਕਿਹਾ, ਵਾਹਿਗੁਰੂ ਜੀ ਕੋ ਪੰਥ ਖਾਲਸਾ ਸਜਾਇਓ ਨਾਥ, ਵਾਹਿਗੁਰੂ ਜੀ ਕੀ ਫਤਿਹ ਗਾਜ ਕੈ ਬੁਲਾਈ ਹੈ। ਕਿ ਇਹ ਨਾਥਾਂ ਦਾ ਨਾਥ ਸਰਮੋਰ ਸ਼੍ਰੋਮਣੀ ਪੰਥ ਕਲਗੀਧਰ ਪਾਤਸ਼ਾਹ ਨੇ ਸਾਜਿਆ, ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਪੰਥ ਇਕੱਤਰ ਹੋਵੇ, ਖਾਲਸਾ ਜੀ ਏਕਤਾ ਕਰੇ, ਉਦੋਂ ਫਿਰ ਗੱਜ ਕੇ ਫਤਿਹ ਬੁਲਾਏ। ਆਓ ਜੀ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਨਿਵਾਓ, ਸ਼੍ਰੀ ਆਦਿ ਜੀ ਦਰਬਾਰ, ਸ਼੍ਰੀ ਦਸਮ ਜੀ ਦਰਬਾਰ, ਸ਼੍ਰੀ ਸਰਬਲੋ ਜੀ ਦਰਬਾਰ ਕਾ ਧਰੋ ਧਿਆਨ, ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਬਹੁਤ ਸੋਹਣਾ ਫਰਮਾਨ ਹੈ, ਸੋਹਬਤੇ ਨੇਕਾਂ ਅਗਰ ਬਾਸ਼ਦ ਨਸੀਬ, ਦੌਲਤੇ ਜ਼ਾਵੇਦ ਯਾਬੀ ਹੈ ਹਬੀਬ। ਬਹੁਤ ਵੱਡੇ ਭਾਗ ਹੋਣ 'ਤੇ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਜੁੜਨ ਲਈ ਘੜੀਆਂ ਮਿਲਦੀਆਂ ਨੇ। ਖਾਲਸਾ ਜੀ ਸੰਤ ਦਰਸ਼ਨ ਸਿੰਘ ਜੀ ਮਹਾਂਪੁਰਖਾਂ ਵੱਲੋਂ ਪੰਥਕ ਏਕਤਾ ਸਮਾਗਮ ਕਰਾਏ ਜਾ ਰਹੇ ਨੇ, ਅਤੇ ਮੈਂ ਕੇਵਲ ਇਹੀ ਬੇਨਤੀ ਕਰਾਂਗਾ ਕਿ ਪੰਥਕ ਏਕਤਾ ਸਮਾਗਮ ਦਾ ਅਰਥ ਕੀ ਹੈ? ਇਹ ਪੰਥਕ, ਇਸ ਨੂੰ ਪੰਥ ਕਿਉਂ ਕਿਹਾ? ਕਿਸ ਪੰਥ ਦੀ ਗੱਲ ਕੀਤੀ ਜਾ ਰਹੀ ਹੈ? ਕਿਸ ਦੀ ਏਕਤਾ ਦੀ ਗੱਲ ਕੀਤੀ ਜਾ ਰਹੀ ਹੈ? ਅਤੇ ਅੰਤ ਫਿਰ ਇਹ ਸਮਾਗਮ ਦਾ ਅਰਥ ਕੀ ਹੈ? ਕਿਉਂਕਿ ਸੰਤਾਂ ਦੇ ਬਚਨ ਸੁਣ ਕੇ ਵਿਚਾਰ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਿਧਾਂਤ ਨੂੰ ਹਿਰਦੇ ਦੇ ਵਿੱਚ ਵਸਾ ਕੇ ਇੱਕ ਹੋ ਜਾਈਏ। ਸਭ ਤੋਂ ਪਹਿਲਾਂ ਇਹ ਵਿਚਾਰੀਏ ਕਿ ਪੰਥ ਕੀ ਹੈ, ਪੰਥਕ ਕੀ ਹੈ, ਜਥੇਬੰਦ ਕੀ ਹੈ। ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬਲੋ ਗ੍ਰੰਥ ਦੇ ਵਿੱਚ ਬਚਨ ਕੀਤਾ। ਸਰਬਲੋ ਗ੍ਰੰਥ 'ਚ ਕਹਿੰਦੇ, ਪੰਥ ਖਾਲਸਾ ਭਇਓ ਪੁਨੀਤਾ, ਪ੍ਰਭ ਆਗਿਆ ਕਰ ਉਦਤ ਭਏ। ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਦਾ ਸਦਕਾ ਇਹ ਖਾਲਸਾ ਪੰਥ ਸੰਸਾਰ ਦੇ ਤਖ਼ਤੇ 'ਤੇ ਪ੍ਰਗਟ ਹੋ ਗਿਆ, ਸੰਸਾਰ ਦੇ ਤਖ਼ਤੇ 'ਤੇ ਪ੍ਰਗਟ ਹੋ ਗਿਆ। ਕਰੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਇਹ ਪੰਥ ਸਾਜ ਦਿੱਤਾ। ਅਤੇ ਮਹਾਰਾਜ ਇਸ ਪੰਥ ਨੂੰ ਰੂਪ ਰੇਖਾ ਕੀ ਦਿੱਤੀ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਚਨ ਕੀਤਾ ਸਰਬਲੋ ਗ੍ਰੰਥ 'ਚ, ਕਹਿੰਦੇ, ਧਰਮ ਪੰਥ ਖਾਲਸਾ ਪ੍ਰਚਰ ਭਇਓ, ਸਤ ਸਿਵੰ ਪੁੰਨਯ ਰੂਪ ਜੇ। ਕਹਿੰਦੇ ਇਸ ਧਰਮ ਨੂੰ, ਖਾਲਸੇ ਪੰਥ ਨੂੰ ਮੈਂ ਪ੍ਰਚਾਰਿਆ, ਤੇ ਇਸ ਖਾਲਸੇ ਪੰਥ ਨੂੰ ਮੈਂ ਇੱਕ ਸਰੂਪ ਬਖਸ਼ਿਆ। ਕੀ? ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਬਖਸ਼ ਦਿੱਤਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਅਕਾਲੀ ਬਾਣਾ ਬਖਸ਼ ਦਿੱਤਾ, ਅਕਾਲੀ ਬਾਣੀ ਬਖਸ਼ ਦਿੱਤੀ। ਮਹਾਰਾਜ ਕਿਹੜੀ? ਕਹਿੰਦੇ ਐਸੇ ਗੁਣ ਹਰ ਖਾਲਸੇ ਬਖਸ਼ੇ, ਭਗਤ ਗਿਆਨੀ ਰਾਜ ਜੋਗੇਸ਼ਵਰ। ਕਿ ਐਸੇ ਗੁਣ ਬਖਸ਼ ਦਿੱਤੇ, ਇਹ ਭਗਤ ਵੀ ਹੈ, ਇਹ ਗਿਆਨੀ ਵੀ ਹੈ, ਇਹ ਰਾਜਾ ਵੀ ਹੈ, ਜੋਗੀ ਵੀ ਹੈ, ਇਹ ਸੰਤ ਵੀ ਹੈ, ਤੇ ਇਹ ਸਿਪਾਹੀ ਵੀ ਹੈ। ਸੋ ਖਾਲਸਾ ਜੀ ਇਤਨੀ ਇਹ ਗੱਲ ਪਕੜ 'ਚ ਆ ਗਈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਜਾ ਦਿੱਤਾ। ਤੇ ਉਸ ਪੰਥ ਦੀ ਏਕਤਾ ਲਈ, ਅਰਦਾਸ ਕਰਨ ਲਈ ਆਪਾਂ ਜੁੜੇ ਹਾਂ। ਬੇਨਤੀ ਕਰਾਂ, ਏਕਤਾ ਹੋਏਗੀ ਕਿਸ ਤਰ੍ਹਾਂ? ਖਾਲਸਾ ਜੀ ਅੱਜ ਜ਼ਰੂਰਤ ਹੈ, ਇਸ ਨੂੰ ਕਿਤੇ ਨੁਕਤਾ ਚੀਨੀ ਵੱਲ ਨਹੀਂ, ਅੱਜ ਆਪਾਂ ਸਾਰੇ ਇੱਕ ਯਤਨ ਕਰਕੇ, ਇੱਕ ਪ੍ਰਣ ਲੈ ਕੇ ਜਾਈਏ ਕਿ ਵੱਖੋ ਵੱਖਰੀਆਂ ਦੇ ਜਥੇਬੰਦੀਆਂ ਦੇ ਪ੍ਰਚਾਰ ਨਾਲੋਂ ਜਥੇਬੰਦੀਆਂ ਦੇ ਗੁਣਾਂ ਨੂੰ ਸਮਝ ਕੇ ਆਪਣੇ ਹਿਰਦੇ 'ਚ ਗ੍ਰਹਿਣ ਕਰਕੇ ਏਕਤਾ ਕਰੀਏ। ਕਿਉਂਕਿ ਇਹਨਾਂ ਜਥੇਬੰਦੀਆਂ 'ਚ, ਸੰਪਰਦਾਵਾਂ ਦੇ ਵਿੱਚ ਗੁਰੂ ਸਾਹਿਬ ਨੇ ਕੋਈ ਨਾ ਕੋਈ ਗੁਣ ਬਖਸ਼ੇ ਹੈ। ਸਾਂਝ ਕਰੀਜਾ ਗੁਣੈ ਕੇਰੀ ਛੋੜ ਅਵਗੁਣ ਚੱਲੀ ਹੈ। ਸਭ ਤੋਂ ਪਹਿਲਾਂ ਸਿੱਖ ਗੁਰੂ ਕਲਗੀਧਰ ਪਾਤਸ਼ਾਹ ਦੇ ਸਿਧਾਂਤ ਨੂੰ ਮਨ 'ਚ ਵਸਾ ਲਵੇ, ਜਥੇਬੰਦੀਆਂ ਦੇ ਗੁਣਾਂ ਨੂੰ ਗ੍ਰਹਿਣ ਕਰੀਏ। ਸਭ ਤੋਂ ਪਹਿਲਾਂ ਖਾਲਸਾ ਜੀ ਨਿਹੰਗ ਸਿੰਘ ਲਫ਼ਜ਼ ਦੇ ਅਰਥਾਂ ਨੂੰ ਸਮਝੀਏ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਨਿਹੰਗ ਸਿੰਘ ਦਾ ਅਰਥ ਹੈ ਕਿ ਹੰਗਤਾਂ ਤੋਂ ਰਹਿਤ ਹੋ ਜਾਵੇ। ਫਾਰਸੀ ਦਾ ਸ਼ਬਦ ਹੈ ਹੰਗਤਾ, ਹੰਗਤਾ ਤੋਂ ਭਾਵ ਹੰਕਾਰ ਹੀ ਆ ਭਰਿਆ, ਵਕਾਰੀ ਪੁਰਸ਼। ਮਹਾਰਾਜ ਨੇ ਅੱਗੇ ਨੀਂਹ ਲਾ ਦਿੱਤਾ, ਕਹਿੰਦੇ ਹੰਗਤਾਂ ਤੋਂ, ਵਕਾਰਾਂ ਤੋਂ ਪਰੇ ਹੋ ਜਾਵੇ, ਨਿਹੰਗ ਬਣ ਜਾਵੇ। ਤੇ ਕਹਿੰਦੇ ਜਦੋਂ ਹੰਕਾਰ ਤੋਂ, ਵਿਸ਼ਿਆਂ ਵਕਾਰਾਂ ਤੋਂ ਨਿਰਲੇਪ ਹੋ ਗਿਆ, ਕਮਲ ਜਿਉਂ ਮਾਇਆ ਵਿੱਚ ਰਹੇ ਅਲੇਪ ਸਦਾ,
ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ। ਕਹਿੰਦੇ ਜਦੋਂ ਨਿਰਾਲਾ ਹੋ ਗਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੇਨਤੀ ਕਰਾਂ ਪਿਆਰਿਓ, ਫਿਰ ਇਸ ਨੂੰ ਦਮਦਮੀ ਟਕਸਾਲ ਦਾ ਗੁਣ ਲਈਏ, ਸ਼ਬਦ ਦੀ ਟਕਸਾਲ ਦੇ ਵਿੱਚ ਇਸ ਮਨ ਨੂੰ ਘੜ ਲਈਏ। ਉਸ ਤੋਂ ਬਾਅਦ ਤੀਸਰੀ ਬੇਨਤੀ ਕਰਾਂ, ਸ਼ਬਦ ਦੀ ਟਕਸਾਲ ਦੇ ਵਿੱਚ ਘੜੇ ਜਾਣ ਤੋਂ ਬਾਅਦ ਖਾਲਸਾ ਜੀ ਅਖੰਡ ਕੀਰਤਨ ਦਾ ਆਪ ਸਭ ਨੇ ਸ਼ਬਦ ਸੁਣਿਆ ਹੋਏਗਾ ਕਿ ਅਖੰਡ ਕੀਰਤਨ ਚੱਲਦਾ ਜਾਂ ਇੱਕ ਜਥੇਬੰਦੀ ਚੱਲਦੀ ਹੈ। ਇੱਥੋਂ ਵੀ ਇੱਕ ਗੁਣ ਲਈਏ ਕਿ ਸਾਡੇ ਹਿਰਦੇ ਦੇ ਵਿੱਚ, ਸਾਡੇ ਮਨ ਦੇ ਅੰਦਰ, ਸਾਡੀ ਸੁਰਤੀ ਦੇ ਅੰਦਰ ਗੁਰੂ ਪਾਤਸ਼ਾਹ ਦਾ, ਪਰਮੇਸ਼ਰ ਦਾ ਕੀਰਤਨ ਅਖੰਡ ਰੂਪ ਚੱਲਦਾ ਹੀ ਰਹੇ। ਇਹ ਗੁਣ ਲਈਏ ਇਸ ਦੇ ਵਿੱਚੋਂ। ਚੌਥੀ ਬੇਨਤੀ ਕਰਾਂ, ਨਾਨਕ ਸਰ ਸੰਪਰਦਾ, ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ਿਆ ਵਾਹਿਗੁਰੂ ਗੁਰਮੰਤਰ ਦੇ ਸਰੋਵਰ ਦੇ ਵਿੱਚ ਚੁੱਬੀਆਂ ਲਾ ਕੇ ਰੋਜ਼ਾਨਾ ਇਸ ਨੂੰ ਜਪਿਆ ਕਰੀਏ। ਇਸ ਤਰ੍ਹਾਂ ਖਾਲਸਾ ਜੀ ਵੱਖੋ ਵੱਖਰੀ ਜਥੇਬੰਦੀਆਂ ਦੇ ਵਿੱਚ ਰਹਿੰਦੇ ਹੋਏ, ਵੱਖੋ ਵੱਖਰੀ ਜਥੇਬੰਦੀਆਂ ਦੇ ਗੁਣਾਂ ਦੇ ਨਾਲ ਸਾਂਝ ਪਾ ਕੇ ਗੱਲ ਕਰੀਏ। ਏਕਾ ਬਾਣੀ ਏਕੋ ਗੁਰ ਏਕੋ ਸ਼ਬਦ ਵਿਚਾਰ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰੀਏ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਕੇਵਲ ਦੋ ਸਿਧਾਂਤ ਬਖਸ਼ੇ, ਇੱਕ ਗੁਰੂ ਗ੍ਰੰਥ ਦਾ ਤੇ ਇੱਕ ਗੁਰੂ ਪੰਥ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ, ਉੱਥੇ ਖਾਲਸਾ ਜੀ ਨਾਲ ਹੀ ਇੱਕ ਨਿਸ਼ਾਨ ਦਿੱਤਾ, ਤਾਂ ਕਿ ਇਹ ਖਾਲਸਾ ਪੰਥ ਨਿਸ਼ਾਨ ਦੀ ਤਾਬਿਆ, ਤੇ ਇੱਕ ਨਗਾਰਾ ਦਿੱਤਾ ਕਿ ਨਗਾਰੇ ਦੀ ਚੋਟ ਵੱਜੇ ਤੇ ਇਸ ਦੇ ਅੰਦਰ ਵਕਾਰਾਂ ਦੀਆਂ ਕੰਧਾਂ ਹਿਲ ਜਾਣ। ਖਾਲਸਾ ਜੀ ਉਹ ਨਿਸ਼ਾਨ ਤੇ ਨਗਾਰਾ ਬਾਬਾ ਵਿਨੋਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਜ਼ੂਰ ਸਾਹਿਬ ਦੀ ਧਰਤੀ ਤੇ ਦਿੱਤਾ। ਤੇ ਬਾਬਾ ਵਿਨੋਦ ਸਿੰਘ ਕੌਣ ਨੇ? ਇਹਨੇ ਗੁਰੂ ਅੰਗਦ ਸਾਹਿਬ ਦੀ ਸੱਤਵੀ ਵੰਸ਼। ਬਾਬਾ ਵਿਨੋਦ ਸਿੰਘ ਨੂੰ ਜਥੇਦਾਰ ਥਾਪ ਕੇ ਨਾਲ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਤੋਰਿਆ। ਤੇ ਖਾਲਸਾ ਜੀ ਜਦ ਤੋਰਿਆ, ਜਥੇ ਬੰਦ ਕਰਕੇ ਤੋਰਿਆ, ਤੇ ਖਾਲਸਾ ਜੀ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ। ਉਹ ਦਿਨ ਦੂਰ ਨਾ ਰਿਹਾ ਜਦੋਂ ਗੁਰੂ ਪਾਤਸ਼ਾਹ ਵੱਲੋਂ ਭੇਜੇ ਹੋਏ ਸਿੰਘਾਂ ਨੇ ਲਾਲ ਕਿਲੇ ਤਾਈਂ ਨਿਸ਼ਾਨ ਸਾਹਿਬ ਚਲਾ ਦਿੱਤੇ, ਕੇਸਰੀ ਨਿਸ਼ਾਨ ਚਲਾ ਦਿੱਤੇ। ਜਥੇਦਾਰ ਜੱਸਾ ਸਿੰਘ ਆਲੂਵਾਲੀਆ ਦਾ 300 ਸਾਲਾ ਜਨਮ ਸ਼ਤਾਬਦੀ ਆ ਰਿਹਾ, ਬੇਨਤੀ ਕਰਾਂ, ਉਹਨਾਂ ਨੇ 19 ਵਾਰ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਇਆ। ਇਹ ਕੋਈ ਸੁਖੈਲੀ ਬਾਤ ਨਹੀਂ, 19 ਵਾਰ। ਪਰ ਕਿਸ ਤਰ੍ਹਾਂ ਚਲਾਇਆ? ਕਿਉਂਕਿ ਖਾਲਸਾ ਜੀ ਉਦੋਂ ਮੁੱਠੀ ਇਸ ਤਰ੍ਹਾਂ ਸੀ, ਸਾਰੇ ਏਕਤਾ ਦੇ ਵਿੱਚ ਰਹਿ ਕੇ ਜਥੇਦਾਰ ਦੀ ਵਿਚਾਰ ਨੂੰ ਸਮਝ ਕੇ ਗੁਰੂ ਪੰਥ ਤੇ ਗੁਰੂ ਗ੍ਰੰਥ ਤੇ ਨਿਸ਼ਾਨ ਸਾਹਿਬ ਦੀ ਤਾਬਿਆ ਚੱਲਿਆ ਕਰਦੇ ਸਨ। ਸੋ ਇਹ ਬਹੁਤ ਵੱਡੇ ਭਾਗ ਨੇ। ਸੰਤ ਦਰਸ਼ਨ ਸਿੰਘ ਜੀ ਹੋਣਾ ਨੇ ਇਹ ਸਮਾਗਮ ਕਰਾਇਆ, ਤੇ ਮਹਾਂਪੁਰਖ ਕਹਿ ਰਹੇ ਸਨ ਕਿ ਕਿਹਾ ਗਿਆ ਕਿ ਇਹਦਾ ਕੋਈ ਬਹੁਤਾ ਲਾਭ ਨਹੀਂ ਹੋਣਾ, ਪਰ ਪਿਆਰਿਓ ਆਪ ਸਭ ਵੀ ਇਸੇ ਧਰਤੀ ਤੇ ਸ਼ੁਭਾਏਮਾਨ ਹੋ। ਇਹ ਗੁਰੂ ਕਾ ਸਮੂਹ ਖਾਲਸਾ ਪੰਥ ਸ਼ੁਭਾਏਮਾਨ ਹੈ। ਉਹ ਦਿਨ ਦੂਰ ਨਹੀਂ, ਅੱਜ ਸੰਤਾਂ ਨੇ ਇਹ ਸ਼ੁਰੂਆਤ ਕਰ ਦਿੱਤੀ ਹੈ ਖਾਲਸਾ ਜੀ, ਉਹ ਦਿਨ ਦੂਰ ਨਹੀਂ ਕਿ ਇੱਕ ਲਹਿਰ ਉੱਠੇਗੀ ਤੇ ਅੱਜ ਬੱਚਾ ਬੱਚਾ ਗੱਲ ਕਰੇਗਾ ਕਿ ਖਾਲਸਾ ਜੀ ਹੁਣ ਲੋੜ ਹੈ ਕਿ ਪੰਥਕ ਏਕਤਾ ਕਰੀਏ, ਸਾਰੀ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ਨਿਸ਼ਾਨ ਸਾਹਿਬ ਦੀ ਤਾਬਿਆਂ ਚੱਲ ਕੇ ਗੁਰੂ ਪੰਥ ਦੇ ਸਿਧਾਂਤ ਨੂੰ ਇੰਡੀਆ ਤੱਕ ਨਹੀਂ, ਫਰਾਂਸ ਤੱਕ ਨਹੀਂ, ਇਟਲੀ ਤੱਕ ਨਹੀਂ, ਖਾਲਸਾ ਜੀ UNO ਤੱਕ ਪਹੁੰਚਾਵੇ। ਉਹ ਦਿਨ ਦੂਰ ਨਹੀਂ ਹੋਏਗਾ ਖਾਲਸਾ ਜੀ, ਅੱਜ ਕੈਨੇਡਾ ਦੇ ਵਿੱਚ ਸਿੱਖ ਬੱਚਾ ਦਮਾਲਾ ਸਜਾ ਕੇ ਪਾਰਲੀਮੈਂਟ ਤੇ ਬੈਠਿਆ ਕਿਉਂਕਿ ਉੱਥੇ ਏਕਤਾ ਹੋਈ। ਅਮੈਰੀਕਾ ਦੇ ਵਿੱਚ, ਇੰਗਲੈਂਡ 'ਚ, ਜਿੱਥੇ ਵੀ ਸਿੱਖਾਂ ਨੇ ਰਾਜ ਕਾਇਮ ਕੀਤਾ ਉੱਥੇ ਏਕਤਾ ਹੋਈ ਸੀ। ਸੋ ਬੇਨਤੀ ਕਰਾਂ, ਪੰਥ ਸਾਜਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ, ਇਹਦੇ ਰੂਪ ਰੇਖਾ ਨੂੰ ਸਮਝ ਕੇ ਵੱਖੋ ਵੱਖਰੀ ਜਥੇਬੰਦੀਆਂ ਸੰਪਰਦਾਵਾਂ ਦੇ ਗੁਣਾਂ ਨੂੰ ਗ੍ਰਹਿਣ ਕਰਕੇ ਅੰਤ ਬੇਨਤੀ ਕੀਤੀ ਸੀ, ਸਮਾਗਮ ਦਾ ਅਰਥ ਇਹਨਾਂ ਦੇ ਵਿੱਚ ਸਮਾ ਜਾਈਏ, ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖਿਆ ਦੇ ਵਿੱਚ ਸਮਾ ਜਾਈਏ। ਬੇਨਤੀ ਕਰਦਾ ਹੁੰਦਾ ਮੈਂ ਅਕਸਰ ਕਿ ਗੁਰੂ ਕਲਗੀਧਰ ਨੇ ਕਿੰਨਾ ਸੋਹਣਾ ਬਚਨ ਕੀਤਾ ਸੀ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਕਿਉਂ ਕੀਤਾ ਸੀ? ਤਾਂ ਕਿ ਸਿੱਖ ਸਿੱਖ ਦੇ ਨਾਲ ਪ੍ਰੇਮ ਕਰੇ। ਪਿਆਰਿਓ ਪੂਜਾ ਅਕਾਲ ਕੀ ਕਿਉਂ? ਕਿਉਂਕਿ ਜਿਸ ਦੀ ਆਰਾਧਨਾ ਕਰਾਂਗੇ, ਜਿਸ ਦੀ ਪੂਜਾ ਕਰਾਂਗੇ, ਉਹੋ ਜਿਹਾ ਸੁਭਾਅ ਹੋਵੇਗਾ, ਤੇ ਅਕਾਲ ਪੁਰਖ ਤੇ ਨਿਰਵੈਰ ਏ। ਤੇ ਜੇਕਰ ਪਿਆਰਿਓ ਸੱਚਮੁੱਚ ਇਹ ਗੁਰੂ ਕਾ ਸਿੱਖ ਅਕਾਲ ਦਾ ਪੁਜਾਰੀ ਬਣ ਜਾਵੇ, ਇਹਦੇ 'ਚ ਨਿਰਵੈਰਤਾ ਆ ਜਾਵੇਗੀ, ਇਹ ਏਕਤਾ ਹੀ ਵੱਲ ਚੱਲ ਪਵੇਗਾ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਅਕਾਲ ਦੀ ਪੂਜਾ ਕਿਸ ਤਰ੍ਹਾਂ ਹੋਵੇ? ਸੰਸਕ੍ਰਿਤ ਦਾ ਬਚਨ ਹੈ ਪ੍ਰੀਚਿਆ, ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਤੈਨੂੰ ਸ਼ਬਦ ਦੀ ਜਾਣਕਾਰੀ, ਸ਼ਬਦ ਦਾ ਪ੍ਰੀਚਿਆ ਹੋਵੇ। ਪਰਚਾ ਸ਼ਬਦ ਕਾ ਅੰਤ ਬੇਨਤੀ ਕੀਤੀ, ਸ਼ਬਦ ਦੀ ਜਾਣਕਾਰੀ ਤੋਂ ਬਾਅਦ ਮਹਾਰਾਜ ਕੀ ਕਰੀਏ? ਕਹਿੰਦੇ ਦੀਦਾਰ ਖਾਲਸੇ ਕਾ, ਖਾਲਸੇ ਦੇ ਵਿੱਚੋਂ ਗੁਰੂ ਦੇ ਦੀਦਾਰ ਕਰੀ ਕਹਿਣ ਤੋਂ ਭਾਵ ਪਿਆਰਿਓ, ਗੁਰੂ ਕਲਗੀਧਰ ਨੇ ਸਿੱਖ ਨੂੰ ਸਿੱਖ ਦੇ ਵਿੱਚੋਂ ਗੁਰੂ ਦੇ ਦਰਸ਼ਨ ਕਰਨੇ ਸਿਖਾਏ, ਤਾਂ ਕਿ ਇਹ ਗੁਰੂ ਕਾ ਸਿੱਖ ਕਿਸੇ ਦੂਸਰੇ ਸਿੱਖ ਦੇ ਨਾਲ ਵੈਰ ਵਿਰੋਧਤਾ ਦੀ ਭਾਵਨਾ ਹੀ ਨਾ ਲਿਆਵੇ।
ਜਦ ਕਿਸੇ ਦੂਸਰੇ ਸਿੱਖ ਨੂੰ ਰਾਗੀ ਢਾਡੀ ਪ੍ਰਚਾਰਕ ਨੂੰ ਵੇਖੇ ਇਹਨੂੰ ਗੁਰੂ ਕਲਗੀਧਰ ਦਾ ਸਰੂਪ ਨਜ਼ਰ ਆਵੇ। ਤੇ ਅੱਜ ਤੇ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮਹਾਂਪੁਰਖਾਂ ਤੇ ਵੀ ਕਿੰਤੂ ਪਰੰਤੂ ਉੱਠਦੀ ਹੈ, ਪਰ ਨਹੀਂ, ਕਿੰਤੂ ਪਰੰਤੂਆਂ ਨੂੰ ਛੱਡ ਕੇ, ਮਨ ਦੇ ਵਿੱਚੋਂ ਸ਼ੰਕਾ ਵੈਰ ਵਿਰੋਧ ਛੱਡ ਕੇ, ਗੁਰੂ ਕਲਗੀਧਰ ਪਾਤਸ਼ਾਹ ਦੇ ਸਿਧਾਂਤ ਨੂੰ ਮਨ 'ਚ ਵਸਾਉਂਦੇ ਹੋਏ ਸੰਤ ਬਾਬਾ ਦਰਸ਼ਨ ਸਿੰਘ ਜੀ ਤਿੰਨਾਂ ਦਾ ਸਹਿਯੋਗ ਦੇਈਏ ਇਸ ਪੰਥਕ ਏਕਤਾ ਸਮਾਗਮ ਦੇ ਵਿੱਚ। ਇਹ ਖਾਲਸਾ ਜੀ ਸਮਾਗਮ ਉਸ ਤਰ੍ਹਾਂ ਨਹੀਂ ਹੁੰਦੇ, ਨਹੀਂ ਤੇ ਜ਼ਿਆਦਾਤਰ ਹੁੰਦਾ ਆਪਣਾ ਕੀ ਸਾਖੀ ਸੁਣਾਈ, ਸੰਗਤ ਜੋੜੀ ਤੇ ਘਰਾਂ ਨੂੰ ਚੱਲੀਏ। ਇਹ ਅੰਦਰੋਂ ਜਿਹਦੇ ਅੰਦਰ ਤੜਪ ਹੋਵੇ ਉਹੀ ਪੰਥਕ ਏਕਤਾ ਦੀ ਗੱਲ ਕਰਦੇ, ਨਹੀਂ ਤੇ ਰੋਲਾ ਤੇ ਬਹੁਤ ਪਾਈ ਜਾ ਰਹੇ ਨੇ। ਸੋ ਸੰਤਾਂ ਦਾ ਸਹਿਯੋਗ ਦੇਈਏ। ਅਤੇ ਅੰਤ ਬੇਨਤੀ ਕਰਾਂ ਪਿਆਰਿਓ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੌਜੂਦਾ ਜਥੇਦਾਰ, ਬੇਨਤੀ ਕਰਾਂ ਬੁੱਢਾ ਦਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਚੱਲ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜਦ ਗਵਾਲੀਅਰ ਦੇ ਕਿਲੇ 'ਚ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ 30,000 ਫੌਜ ਲੈ ਕੇ ਗਏ ਨੇ ਨਾਲ, ਪਰ ਇੱਥੇ ਵੀ ਕਈਆਂ ਨੇ, ਬੇਨਤੀ ਕਰਾਂ, ਇਸ ਗੱਲ ਦਾ ਬਹੁਤ ਘੱਟ ਜ਼ਿਕਰ ਕੀਤਾ ਕਿ ਬਾਬਾ ਬੁੱਢਾ ਸਾਹਿਬ 30,000 ਫੌਜ ਲੈ ਕੇ ਗਏ। ਜ਼ਿਆਦਾਤਰ ਜ਼ਿਕਰ ਕੀਤਾ ਕਿ ਸ਼ਬਦ ਚੌਂਕੀ ਦੇ ਰੂਪ 'ਚ ਗਏ, ਪਰ ਪਿਆਰਿਓ ਇੱਕ ਸੋਚਣ ਵਾਲੀ ਗੱਲ ਹੈ, 72 ਵਿੱਦਿਆ ਬਾਬਾ ਬੁੱਢਾ ਸਾਹਿਬ ਨੇ 72 ਤਰ੍ਹਾਂ ਦੀ ਸ਼ਸਤਰ ਵਿੱਦਿਆ 6ਵੇਂ ਪਾਤਸ਼ਾਹ ਨੂੰ ਸਿਖਾਈ ਹੋਵੇ ਤੇ ਆਪ ਉਸ ਜੰਗ ਦੇ ਮੈਦਾਨ 'ਚ ਸ਼ਬਦ ਚੌਂਕੀ ਰੂਪ 'ਚ ਨਹੀਂ, ਪਿਆਰਿਓ ਵੀਰ ਰਸ 'ਚ ਗਏ। ਇਸ ਗੱਲ ਦਾ ਜ਼ਿਕਰ ਕੀਤਾ ਮੋਹਸਨ ਫਾਨੀ ਨੇ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਇਤਿਹਾਸਕਾਰ ਹੈ। ਉਹਨੇ ਦਵਸਤੀਨ ਗ੍ਰੰਥ ਦੇ ਵਿੱਚ ਮੋਹਸਨ ਫਾਨੀ ਨੇ ਲਿਖਿਆ, ਜਦ ਬਾਬਾ ਬੁੱਢਾ ਸਾਹਿਬ ਜੀ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵਰ ਦਿੱਤਾ, ਬਾਬਾ ਜੀ ਤੁਹਾਡੇ ਨਾਮ ਤੇ ਨਿਸ਼ਾਨ ਨਗਾੜੇ ਝੂਲਣਗੇ, ਤੁਹਾਡੇ ਨਾਮ ਤੇ ਦਲ ਪੰਥ ਚੱਲੇਗਾ, ਤੁਹਾਡੇ ਦਲ 'ਚ ਪਲੇ ਪਲਾਏ ਭਜੰਗੀ ਅਰਦਾਸੇ ਹੋਣਗੇ। ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਚੱਲ ਰਿਹਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ, ਤਿੰਨਾਂ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ, ਪਿਆਰਿਓ ਬੇਨਤੀ ਕਰਾਂ, ਉਹਨਾਂ ਕੋਲੋਂ ਕਿਸੇ ਰੁਝੇਵੇਂ ਕਾਰਨ ਪਹੁੰਚਿਆ ਨਹੀਂ ਗਿਆ, ਪਰ ਮਹਾਂਪੁਰਖਾਂ ਦੇ ਨਾਲ ਦਿਲੀ ਪ੍ਰੇਮ ਸੀ, ਕਿਉਂਕਿ ਬਹੁਤ ਘੱਟ ਮਹਾਂਪੁਰਖ ਹੁੰਦੇ ਨੇ ਜਿਹੜੇ ਪੰਥਕ ਏਕਤਾ ਦੀ ਗੱਲ ਕਰਦੇ ਨੇ। ਪਰੰਤੂ ਬੁੱਢਾ ਦਲ ਦੇ ਪੜਾਵ ਇਤਨੇ ਨੇ, ਕਿਤੇ ਅਕਾਲੀ ਫੂਲਾ ਸਿੰਘ ਜੀ ਦਾ ਬੁਰਜ, ਕਿਤੇ ਲੱਖੀ ਜੰਗਲ ਸਾਹਿਬ, ਹਰ ਜਗ੍ਹਾ ਕੰਮ ਚੱਲ ਰਿਹਾ, ਸੇਵਾਵਾਂ ਚੱਲ ਰਹੀਆਂ ਨੇ, ਸਰਾਵਾਂ ਦੀਆਂ, ਇਮਾਰਤਾਂ ਦੀਆਂ, ਸੋ ਪਹੁੰਚਿਆ ਨਹੀਂ ਗਿਆ। ਫਿਰ ਵੀ ਉਹਨਾਂ ਨੇ ਦਾਸਰਿਆਂ ਨੂੰ ਵੀ ਹੁਕਮ ਕੀਤਾ, ਬਾਬਾ ਮਨਮੋਹਨ ਸਿੰਘ ਹੋਣਾ ਨੂੰ ਵੀ ਹੁਕਮ ਕੀਤਾ ਕਿ ਜਾਓ ਤੇ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਹੋਣਾ ਦੇ ਚਰਨ ਝਾੜ ਕੇ ਆਓ, ਸੰਗਤਾਂ ਦੇ ਸਨਮੁਖ ਹਾਜ਼ਰੀ ਲਵਾ ਕੇ ਆਓ। ਸੋ ਆਪ ਸਭ ਸੰਗਤਾਂ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਤਿੰਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਅਤੇ ਸਮੁੱਚੇ ਤਰਨਾ ਦਲ ਬਾਬਾ ਤਰਸੇਮ ਸਿੰਘ ਜੀ ਮਹਿਤਾ ਚੌਂਕ, ਉਹਨਾਂ ਦੇ ਭਜੰਗੀ ਬਾਬਾ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ, ਮਾਨਸੇ ਤੋਂ ਬੁੱਢਾ ਦਲ ਪੰਜਵਾਂ ਤਖ਼ਤ ਦੇ ਮਹੰਤ ਜਥੇਦਾਰ ਬਾਬਾ ਜਗਦੇਵ ਸਿੰਘ ਜੀ ਮਾਨਸਾ, ਸਮੁੱਚੀਆਂ ਸੰਪਰਦਾਵਾਂ ਬਾਬਾ ਰਾਜ ਸਿੰਘ ਜੀ, ਸਮੁੱਚੀਆਂ ਸੰਪਰਦਾਵਾਂ ਜਿਨ੍ਹਾਂ ਦੇ ਨਾਮ ਨਹੀਂ ਲੈ ਸਕਦਾ ਤਿੰਨਾਂ ਕੋਲੋਂ ਮੈਂ ਮਾਫ਼ੀ ਮੰਗਦਾ, ਸਮੁੱਚੀਆਂ ਸੰਪਰਦਾਵਾਂ ਨੇ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਹਾਜ਼ਰੀ ਪ੍ਰਵਾਨ ਕਰਨੀ। ਅਤੇ ਆਓ ਖਾਲਸਾ ਜੀ ਇਸ ਪੰਥ ਦੀ ਏਕਤਾ ਲਈ ਇੱਕ ਚੜ੍ਹਦੀ ਕਲਾ ਦਾ ਜਕਾਰਾ ਲਾਈਏ, ਤਾਂ ਜੋ ਇੱਕ ਨਿਸ਼ਾਨ ਦੀ ਤਾਬਿਆ ਸਾਡੀ ਨੌਜਵਾਨ ਪਨੀਰੀ ਚੱਲ ਕੇ ਗੁਰੂ ਪੰਥ ਦੇ ਸਿਧਾਂਤ ਦੀ ਗੱਲ ਕਰ ਸਕੇ। ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ। ਸਵਾਓ ਜੀ ਇਤਨੀ ਬੇਨਤੀ ਪ੍ਰਵਾਨ ਕਰਨੀ, ਬੋਲਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ, ਬਖਸ਼ ਲੈਣਾ। ਇੱਥੇ ਹੀ ਗੱਜ ਕੇ ਫਤਿਹ ਬੁਲਾਓ, ਸ਼੍ਰੀ ਆਦਿ ਦਰਬਾਰ, ਸ਼੍ਰੀ ਦਸਮ ਦਰਬਾਰ, ਸ਼੍ਰੀ ਸਰਬਲੋ ਦਰਬਾਰ ਕਾ ਧਰੋ ਧਿਆਨ, ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।